नेशन मुर्दाबाद, एसएचओ सिटी मुर्दाबाद, पुलिस प्रशासन मुर्दाबाद, एसएचओ सिटी मुर्दाबाद। शहर के पलाही रोड से स्थित एक ट्रैवल एजेंट के दफ्तर अगे उस वेले हंगामा हो गया जदों एक नौजवान जतेंद्र अते उसकी पत्नी आलियस वासी हरदोफराला जिला जलंधर ने उक्त एजेंट से आरोप लगाया कि उक्त एजेंट ने उन्हें 2,50,000 रुपए सिंगापुर नूं जाण वास्ते दिते सन। काम ना बनन ते अज जदों ओह अपने परिवार समेत उक्त एजेंट पासों पैसे लैन आए तो उन्हें आरोप लगाए कि उक्त एजेंट ने अपने दफ्तर विखे मुंडे बुला के साडे नाल धक्का मुक्की कीती। मौके ते पुजी थाना सिटी की पुलिस ने एजेंट अते उसके साथी नूं मौके गिरफ्तार करके थाना सिटी लियांदा गया। माहौल उस वेले तनावपूर्ण हो गया जदों एजेंट का साथी थाना सिटी पुलिस ने छड्ड दित्ता ते गुस्से विच आए पीड़ित परिवार ते उन्हां दे साथियों वालों थाना सिटी अगे धरना प्रदर्शन करना शुरू कर दिता ते पुलिस प्रशासन खिलाफ जम के नारेबाजी की। मौके ते इस सारे मामले बारे जदों एसएचओ सिटी नाल गलबात की तां उन्हां की कहा, देखो पूरी रिपोर्ट विच। फगवाड़ा न्यूज़ टीवी तों शरणजीत सिंह सोनी दी रिपोर्ट। ਭਾਜੀ ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਜਤਿੰਦਰ ਰਾਮ ਹੈ ਜੀ। ਕੀ ਮਾਮਲਾ ਕਿਹੜਾ ਭਾਜੀ ਦਾ ਉੱਥੇ ਥਾਣੇ ਖੜੇ ਸਿਟੀ 'ਚ? ਭਾਜੀ ਅਸੀਂ ਏਜੰਟ ਤੋਂ ਅੱਜ ਤੋਂ 11 ਮਹੀਨੇ ਪਹਿਲਾਂ ਪੈਸੇ ਦਿੱਤੇ ਸੀ। ਏਜੰਟ ਨੇ ਭਾਜੀ ਸਾਨੂੰ ਬਹੁਤ ਜਾਣੇ ਕੇ ਖੱਜਲ ਖਰਾਬ ਕੀਤਾ। ਅਸੀਂ ਅੱਜ ਉਹਦੇ ਕੋਲ ਪੈਸੇ ਲੈਣ ਗਏ ਸੀਗੇ, ਉਹਨੇ ਮੋਹਰੇ ਗੁੰਡੇ ਸੱਦੇ ਹੋਏ ਸੀਗੇ ਜੀ। ਉਹਨੇ ਸਾਨੂੰ ਰਿਵੋਲਵਰ ਦੇ ਨਾਲ ਡਰਾਇਆ। ਇੱਕ ਮੇਰੀ ਵਾਈਫ ਸੀਗੀ, ਮੇਰਾ ਬੇਟਾ ਸੀ ਅਤੇ ਮੇਰਾ ਛੋਟਾ ਭਰਾ ਸੀਗਾ ਜੀ। ਅਸੀਂ ਤਿੰਨੇ ਜਣੇ ਅੰਦਰ ਸੀਗੇ। ਉਹਨੂੰ ਜਦ ਅਸੀਂ ਕਿਹਾ ਵੀ ਪੈਸੇ ਸਾਨੂੰ ਵਾਪਸ ਕਰ ਦੇ ਦਿਓ, ਉਹ ਕਹਿੰਦਾ ਵੀ ਮੈਂ ਨਹੀਂ। ਉਹਨੂੰ ਮੁੰਡੇ ਨੂੰ ਕਿਹਾ, ਕਹਿੰਦਾ ਨਹੀਂ ਮੈਂ 3 ਮਹੀਨੇ ਤੁਹਾਡੇ ਕੋਲੋਂ ਲੈਂਦਾ ਹਾਂ, ਵੀ 3 ਮਹੀਨਿਆਂ ਬਾਅਦ ਮੋੜੂੰਗਾ। ਅਸੀਂ ਕਿਹਾ ਜੀ ਨਹੀਂ, ਅੱਗੇ 11 ਮਹੀਨੇ ਹੋ ਗਿਆ, ਤੂੰ ਸਾਨੂੰ ਪੈਸੇ ਦੇ ਅੱਜ। ਉਹ ਕਹਿੰਦਾ ਨਹੀਂ ਜਾ ਮੈਂ ਨਹੀਂ ਦੇਣੇ। ਉਹ ਜਿਹੜੇ ਮੁੰਡੇ ਮੋਹਰੇ ਸੱਦੇ ਸੀਗੇ ਉਹ ਕਹਿੰਦੇ ਜਾ ਅਸੀਂ ਨਹੀਂ ਦੇਣੇ ਹੈਗੇ, ਜਾ ਜਿੱਦਾਂ ਕਾਨੀ ਕਰ ਲਾ, ਵੀ ਮੋਹਰੇ ਪੈਸੇ ਜਾ ਕੇ ਜਿੱਥੋਂ ਲੈਣੇ ਲੈ ਲਾ, ਅਸੀਂ ਨਹੀਂ ਦੇਣੇ ਪੈਸੇ। ਉੱਥੇ ਜੀ ਸਾਨੂੰ ਰਿਵੋਲਵਰ ਨਾਲ ਡਰਾਇਆ, ਠੀਕ ਹੈ, ਕੱਢ ਕੇ। ਅਤੇ ਮੇਰੀ ਵਾਈਫ ਨਾਲ ਉੱਚਾ ਨੀਵਾਂ ਬੋਲੇ, ਠੀਕ ਹੈ ਜੀ। ਅਤੇ ਹੁਣ ਪੈਸੇ ਨਹੀਂ ਦਿੰਦੇ ਪਏ ਸਾਨੂੰ ਵਾਪਸ। ਕਿੰਨੇ ਪੈਸੇ ਤੁਹਾਡੇ ਟੋਟਲ ਪਏ ਇਹਨਾਂ ਕੋਲ? ਸਾਡੇ ਟੋਟਲ ਹੈਗੇ ਜੀ 2.5 ਲੱਖ ਰੁਪਈਆ ਜੀ। ਅਤੇ ਕਿੱਥੇ ਦਾ ਵੀਜ਼ਾ ਤੁਸੀਂ ਲਵਾਉਣਾ ਸੀ ਇਹਨਾਂ ਕੋਲੋਂ? ਸਿੰਗਾਪੁਰ ਦਾ ਲਵਾਉਣਾ ਸੀਗਾ ਜੀ। ਅਤੇ ਕਿੰਨੇ ਚਿਰ ਬਾਅਦ ਤੁਹਾਨੂੰ ਗਿਆ ਜਾਣ ਵਾਸਤੇ ਜਿੱਦਾਂ ਵੀਜ਼ਾ ਦਿੱਤਾ ਜਿਹੜਾ ਤੁਹਾਨੂੰ ਉਹਨਾਂ ਨੇ? ਵੀਜ਼ਾ 3 ਮਹੀਨੇ ਦਾ ਜਿੱਦਾਂ ਸੀਗਾ ਜੀ, ਉੱਦਾਂ ਦੋ ਸਾਲ ਦਾ ਵਰਕ ਪਰਮਿਟ ਕਹਿੰਦੇ ਸੀਗੇ ਜੀ। ਅੱਛਾ ਜੀ, ਹਾਂਜੀ। ਅਤੇ ਅੱਗੇ ਕੀ ਹੋਇਆ ਜਦੋਂ ਤੁਸੀਂ ਅੱਜ ਗਏ ਫਿਰ ਉੱਥੇ? ਅੱਜ ਅਸੀਂ ਗਏ ਭਾਜੀ ਲੜਾਈ ਝਗੜਾ ਮੋਹਰੇ, ਉਹ ਸਾਡੇ ਨਾਲ ਗਲਤ, ਬਹੁਤ ਜ਼ਿਆਦਾ ਗਲਤ ਬੋਲੇ। ਉਹਨੀ ਮੋਹਰੇ ਸੱਦੇ ਹੋਏ ਸੀਗੇ, ਪਤਾ ਨਹੀਂ ਕਿਸਾਨੂੰ ਨਹੀਂ ਪਤਾ ਕੌਣ ਸੱਦੇ ਹੋਏ ਸੀ ਕੌਣ ਨਹੀਂ ਸੱਦੇ ਹੋਏ ਸੀ, ਠੀਕ ਹੈ ਜੀ। ਕੀ ਮਾਮਲਾ ਜਿਹੜਾ ਥਾਣੇ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ? ਭਾਜੀ ਸਾਡੇ ਮਾਸੀ ਮੁੰਡੇ, ਹਾਂਜੀ, ਉਹਨਾਂ ਦੀ ਵਾਈਫ ਨੇ ਬਾਹਰ ਜਾਣਾ ਸੀਗਾ। ਅੱਛਾ ਜੀ। ਅਤੇ ਉਹ ਉਹਨਾਂ ਤੋਂ 11 ਮਹੀਨੇ ਹੋ ਗਏ ਸੀਗੇ, ਹਾਂਜੀ, ਗੱਲਾਂ ਕਰਦੇ ਅੱਜ ਦੇ ਪੈਸੇ, ਅੱਜ ਦੇ ਕੱਲ੍ਹ ਦੇ ਇੱਦਾਂ ਲੜ ਲਈ ਜਾਂਦਾ ਹੈਗਾ। ਉਹ ਰਾਤੀ ਵੀ ਅੱਜ ਉਹਨਾਂ ਨੇ ਅੱਜ ਟਾਈਮ 'ਤੇ 11 ਵਜੇ ਦਾ, ਅਤੇ ਸਾਡੇ ਭਾਬੀ ਜੀ ਅਤੇ ਤਦੋਂ ਮਾਸੀ ਮੁੰਡੇ ਆਏ ਸੀਗੇ, ਏਜੰਟ ਦੇ ਆਫਿਸ ਆਏ ਸੀ ਉੱਥੇ, ਠੀਕ ਹੈ। ਇਹ ਗੱਲਬਾਤ ਕਰਨੇ ਸੀਗੇ, ਦੋਨੋਂ ਨੇ ਮੁੰਡੇ ਪਹਿਲਾਂ ਸੱਦੇ ਸੀ ਏਜੰਟ ਨੇ, ਤਾਂ ਜਿਹਨਾਂ ਕੋਲ ਬਕਾਇਦਾ ਰਿਵੋਲਵਰ ਸੀਗਾ ਬਕਾਇਦਾ, ਉਹਨਾਂ ਨੂੰ ਡਰਾਇਆ ਧਮਕਾਇਆ, ਗੱਲਾਂ ਕੀਤੀਆਂ ਸਾਰੀ ਉਹਨਾਂ ਨਾਲ ਜੀ। ਅਤੇ ਅੱਗੇ ਕੀ ਹੋਇਆ ਫਿਰ? ਮੁੰਡਾ ਜਿਹਦੇ ਵਿੱਚ ਉਹਨੇ ਐਲੀਗੇਸ਼ਨ ਇੱਕ ਰੋਸ਼ਨ ਨਾਂ ਦਾ ਏਜੰਟ ਆ ਅਤੇ ਨਾਲ ਦੋ ਹੋਰ ਵਿਅਕਤੀਆਂ ਦੇ ਲਾਇਆ ਸੀਗਾ, ਜਿਹਦੇ ਵਿੱਚ ਅਸੀਂ ਰੋਸ਼ਨ ਨੂੰ ਇਹਨੂੰ ਦਰਖਾਸਤ ਵਿੱਚ ਬੁਲਾਇਆ ਸੀਗਾ। ਅਤੇ ਬਸ ਇਹਨਾਂ ਦਾ ਇਹੀ ਸੀਗਾ ਕਿ ਜਿਹੜੇ ਬਾਕੀ ਆ ਉਹਨਾਂ ਨੂੰ ਵੀ ਪੁਲਿਸ ਇਹਨਾਂ ਨੂੰ ਬੁਲਾ ਕੇ ਸਾਡੀ ਜਿਹੜੀ ਹੱਕ ਰੱਸੀ ਕਰਾਈ।
ਇਸ ਸੰਬੰਧੀ ਇਹਨਾਂ ਨੂੰ ਅਸੀਂ ਆਸ਼ਵਾਸਨ ਦਿੱਤਾ ਹੈ ਤੁਹਾਡੀ ਦਰਖਾਸਤ ਜਿਹੜੀ ਬੰਦ ਕਰਨੀ ਕਾਨੂੰਨ ਮੁਤਾਬਿਕ ਕੀਤੀ ਜਾਵੇਗੀ। ਸਰ ਇੱਕ ਬੰਦਾ ਫੜਿਆ ਵੀ ਹੈ ਮੌਕੇ ਉੱਤੇ, ਉਹ ਹੈ ਨਹੀਂ ਗਾ ਸਰ ਅੰਦਰ, ਉਹ ਜਿਹੜਾ ਪੁਲਿਸ ਅਰੈਸਟ ਕਰਕੇ ਲੈ ਕੇ ਗਈ ਬੰਦਾ ਇੱਥੇ ਹੀ ਹੈ ਰੋਸ਼ਨ ਜਿਹੜਾ ਇੱਥੇ ਹੀ ਸਾਡੇ ਕੋਲ। ਅਤੇ ਸਰ ਇੱਕ ਹੋਰ ਮੁੰਡਾ ਜਿਹਨੇ ਰਿਵੋਲਵਰ ਕਹਿੰਦੇ ਕੱਢੀ ਸੀਗੀ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਐਲਐਸ ਵੱਲੋਂ ਜਿਹੜੀ ਲੇਡੀ ਵੱਲੋਂ ਕੰਪਲੇਂਟ ਆਈ ਉਹਦੇ ਵਿੱਚ ਮੈਂਸ਼ਨ ਆ ਜਿਹੜੇ ਸੈਕਿੰਡ ਬੰਦੇ ਦਾ ਉਹਨੂੰ ਬੁਲਾਇਆ ਆ, ਉਹ ਆ ਰਿਹਾ, ਜਦੋਂ ਆਊਗਾ ਦੋਵਾਂ ਪਾਰਟੀਆਂ ਨੂੰ ਬਿਠਾ ਕੇ ਬੰਦ ਹੀ ਕਰਵੇਗੀ। Subscribe now and press the bell icon. Never miss an update.